ਅਸਲਾਮੁਅਲੈਕੁਮ ਜੀ ਦੋਸਤੋ ਕੀ ਹਾਲ ਠੀਕ ਹੋ ਸਾਰੇ ਦੋਸਤਾਂ ਵੀ ਅਸੇ ਠੀਕ ਹੈ ਜੀ ਜੀ ਅਸਲਾਮੁਅਲੈਕੁਮ ਕੀ ਹਾਲ ਠੀਕ ਹੋ ਆ ਦੇਖ ਲਓ ਜੀ ਜ਼ਮੀਂਦਾਰ ਦੀ ਫਸਲ ਕਿਸ ਤਰ੍ਹਾਂ ਰੋਲ ਰਹੀ ਤੇ ਇਹਨੂੰ ਲੈਣ ਵਾਸਤੇ ਕੋਈ ਵੀ ਤਿਆਰ ਨਹੀਂਗਾ ਕੜਿਸ਼ਾ ਮੈਂ ਚੈੱਕ ਕਰ ਰੋ ਜੀ ਕੋਈ ਮੱਕੀ ਲੈਣ ਵਾਸਤੇ ਤਿਆਰ ਨਹੀਂ ਇਸ ਵਾਸਤੇ ਜ਼ਮੀਨدار ਜਿਹੜਾ ਨਾ ਇਸ ਟਾਈਮ ਬਹੁਤ ਪਰੇਸ਼ਾਨ ਹੈ ਯਕੀਨ ਮਰੋ ਅੱਗੋ ਖਾਦ ਨਹੀਂ ਪੈ ਰਹੀ ਮੱਕੀ ਸਾਡੀ ਵੈਸੇ ਪਈ ਹੋਈ ਦੇਖੋ ਆ ਚੈੱਕ ਕਰੋ ਰੇਟ ਲੱਗਦਾ ਹੈ 1200 ਰੁਪਏ ਰੇਟ एक एकड़ा खर्चा है ना वो ते ना कोई सत्तर अस्सी हजार रुपये एकड़ एक का खर्च तो मक्की सेल हो रही है कोई या सठ हजार इस हिसाब से गंदी हकूमत कोई आ गई ठीक है ना लोग इमरान खान याद कर